ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਆਪਣੇ ਨਿਊ ਸੂਟ ਰੈਡੀ ਹੋਏ ਨੇ, ਵਿੱਚ ਕਾਟਨ ਦੇ ਨੇ, ਮਸ਼ੀਨ ਵਰਕ ਵਾਲੇ, ਵਿੱਚ ਲੇਸਿਸ ਡਿਜ਼ਾਈਨ ਵਾਲੇ, ਵਿੱਚ ਹੈਂਡ ਵਰਕ ਦੇ ਸੂਟ ਨੇ, ਠੀਕ ਹੈ ਜੀ। ਅਤੇ ਆਪਾਂ ਸੂਟ ਦਿਖਾਉਣ ਲੱਗਿਆ ਹੁਣ ਤੁਹਾਨੂੰ। ਸਭ ਤੋਂ ਪਹਿਲਾਂ ਇਹ ਜਿਹੜਾ ਖਾਦੀ ਸਿਲਕ ਦੇ ਵਾਂਗ ਕੱਪੜਾ ਆਇਆ ਹੈ ਨਾ, ਉਹਦੇ 'ਤੇ ਆਪਾਂ ਨੇ ਸੂਟ ਰੈਡੀ ਕੀਤਾ। ਦੇਖੋ, ਇਹਦੇ 'ਤੇ ਆਪਾਂ ਨੇ ਇਸ ਤਰ੍ਹਾਂ ਕੱਪੜਾ ਲਾ ਕੇ, ਜੋ ਇਹਦੇ ਵਿੱਚ ਸਕਿਨ ਕਲਰ ਹੈਗਾ ਉਹਦੇ 'ਤੇ ਵਰਕ ਕਰਕੇ ਪੱਟੀ ਲਗਾਈ ਹੈ, ਠੀਕ ਹੈ ਜੀ। ਅਤੇ ਫਿਰ ਆਪਾਂ ਇਹਨੂੰ ਨੀਚੇ ਆਪਾਂ ਨੇ ਮਗਜ਼ੀ ਕੱਢੀ ਹੈਗੀ ਹੈ ਬਾਜੂ 'ਤੇ, ਅਤੇ ਸੈਂਟਰ ਦੇ ਵਿੱਚ ਵਰਕ ਕੀਤਾ ਬਾਜੂ ਦੇ, ਠੀਕ ਹੈ ਜੀ। ਆਹ ਦੇਖੋ ਸੈਂਟਰ ਦੇ, ਅਤੇ ਗਲਾ ਆਪਾਂ ਵੈਨ ਨੈਕ ਬਣਾਇਆ ਹੈਗਾ। ਆਹ ਦੇਖੋ, ਨੈਕ ਦੇ ਉੱਪਰ ਪੱਟੀ ਲਗਾ ਕੇ ਇਸ ਤਰ੍ਹਾਂ ਵਰਕ ਕੀਤਾ। ਬਹੁਤ ਪਿਆਰਾ, ਬਹੁਤ ਸੋਹਣਾ, ਡਿਫਰੈਂਟ ਜਿਹਾ ਸੂਟ ਰੈਡੀ ਹੋਇਆ। ਅਤੇ ਤੁਸੀਂ ਇੱਦਾਂ ਜੇ ਬਣਵਾਉਣੇ ਚਾਹੁੰਦੇ ਹੋ, ਕਲਰ ਵਗੈਰਾ ਤੁਸੀਂ ਮਤਲਬ ਜੇ ਨਹੀਂ ਮਿਲਦਾ ਹੈਗਾ ਸੇਮ, ਤਾਂ ਤੁਸੀਂ ਸਾਡੀ ਪਸੰਦ ਦੇ ਕਰਾ ਸਕਦੇ ਹੋ। ਆਹ ਦੇਖੋ, ਇਹਦੇ ਨਾਲ ਇਸ ਤਰ੍ਹਾਂ ਮਹਿੰਦੀ ਜੀ, ਗ੍ਰੀਨ ਮਹਿੰਦੀ ਜੀ ਸਲਵਾਰ ਹੈਗੀ ਹੈ, ਨੀਚੇ ਆਪਾਂ ਸ਼ਰਟ ਦੀ ਮਗਜ਼ੀ ਲਗਾਈ ਹੈ। ਅਤੇ ਨਾਲ ਦੁਪੱਟਾ ਹੈਗਾ ਜੀ ਚਿਨੋਨ ਦਾ, ਸੈਮੀ ਚਿਨੋਨ ਦਾ ਦੁਪੱਟਾ ਇਹਦੇ ਨਾਲ, ਅਤੇ ਟਾਈ ਐਂਡ ਡਾਈ ਹੋਇਆ ਹੋਇਆ, ਠੀਕ ਹੈ ਜੀ। ਆਹ ਦੇਖੋ, ਬਹੁਤ ਪਿਆਰਾ, ਬਹੁਤ ਸੋਹਣਾ ਸੂਟ ਰੈਡੀ ਹੋਇਆ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ। ਲਓ ਜੀ, ਸਾਰੇ ਸੂਟ ਡਿਫਰੈਂਟ ਡਿਫਰੈਂਟ ਕਲਰ ਹੋਣਗੇ। ਆਹ ਦੇਖੋ, ਆਹ ਸੂਟ ਹੈਗਾ ਸਰਦੀਆਂ ਵਾਲੇ ਸਟੱਫ ਦੇ ਉੱਪਰ, ਜੂਟ ਸਟੱਫ ਦੇ ਉੱਪਰ, ਠੀਕ ਹੈ ਜੀ। ਅਤੇ ਆਹ ਘੇਰੇ 'ਤੇ ਵਰਕ ਹੈਗਾ। ਆਹ ਦੇਖੋ, ਆਹ ਬਾਜੂ ਵਰਕ ਆ, ਅਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ। ਆਹ ਵਿੱਚ ਇਹਦੇ ਪੈਚ ਲਗਾ ਕੇ ਉਹਦੇ 'ਤੇ ਵਰਕ ਕੀਤਾ ਹੋਇਆ, ਐਂਡ ਗਲਾ ਡਿਜ਼ਾਈਨ ਆਹ ਦੇਖੋ ਕੋਲਰ ਦੀ ਤਰ੍ਹਾਂ ਇਹਨੂੰ ਸ਼ੇਪ ਦਿੱਤੀ ਹੋਈ ਆ। ਆਹ ਦੇਖੋ, ਆਹ ਕੋਲਰ ਦੀ ਸ਼ੇਪ ਦਾ ਗਲਾ ਬਣਿਆ ਹੋਇਆ। ਇੱਕ ਮਿੰਟ, ਲਓ ਜੀ, ਸਾਰਿਆਂ ਦੇ ਡਿਫਰੈਂਟ ਡਿਫਰੈਂਟ ਨੈਕ ਹੋਣਗੇ, ਅਤੇ ਡਿਫਰੈਂਟ ਡਿਫਰੈਂਟ ਮਤਲਬ ਕੋਈ ਲੇਸਿਸ ਦਾ ਕੋਈ ਕਿੱਦਾਂ ਹੈਗਾ। ਅਤੇ ਆਹ ਇਹਦੇ ਨਾਲ ਆਪਾਂ ਨੇ ਪੈਂਟ ਰੈਡੀ ਕੀਤੀ ਆ, ਇਹ ਬੋਟਲ ਗ੍ਰੀਨ ਕਲਰ ਹੈਗਾ। ਜੇ ਸੇਮ ਨਾ ਮਿਲਿਆ ਤਾਂ ਮਿਲਦੇ ਜੁਲਦੇ 'ਤੇ ਆਪਾਂ ਵਰਕ ਵਗੈਰਾ ਸੇਮ ਕਰ ਸਕਦੇ ਹਾਂ, ਠੀਕ ਹੈ ਜੀ। ਅਤੇ ਆਹ ਦੇਖੋ, ਆਹ ਵਰਕ ਹੋਇਆ ਹੋਇਆ ਇਹਦਾ। ਲਓ ਜੀ, ਨੈਕਸਟ ਆਹ ਦੇਖੋ, ਇਹਦਾ ਹੀ ਦੁਪੱਟਾ, ਪਿਓਰ ਸੁਪਰ ਨੈਟ ਦਾ ਦੁਪੱਟਾ, ਇਸ ਤਰ੍ਹਾਂ ਡਾਈ ਹੋਇਆ ਹੋਇਆ। ਇਹਦੇ ਵਿੱਚ ਚਾਰ ਕਲਰ ਡਾਈ ਦੇ ਪਾਏ ਹੋਏ ਨੇ, ਪਿਓਰ ਸੁਪਰ ਨੈਟ ਦੇ ਉੱਪਰ ਹੋਇਆ। ਅਤੇ ਫੋਰ ਸਾਈਡ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਕਰੀ ਹੋਈ ਹੈ, ਮਲਟੀ ਲੇਸ ਦੀ, ਠੀਕ ਹੈ ਜੀ। ਲਓ ਜੀ, ਆਹ ਸੂਟ ਪਹਿਲਾਂ ਆਪਣਾ ਬਹੁਤ ਸੋਹਣਾ ਵਰਕ ਦੇ ਨਾਲ ਰੈਡੀ ਹੋ ਕੇ ਗਿਆ ਸੀਗਾ, ਅਤੇ ਹੁਣ ਇਸ ਨੂੰ ਆਪਾਂ ਨੇ ਮਤਲਬ ਐਂਕਰਿੰਗ ਕਰਕੇ, ਪੱਟੀ ਦੇ ਕੇ ਐਂਕਰਿੰਗ ਕਰੀ ਹੈਗੀ ਉਹਦੇ 'ਤੇ, ਅਤੇ ਆਪਾਂ ਲੇਸਿਸ ਡਿਜ਼ਾਈਨ ਨਾਲ ਇਹਨੂੰ ਬਣਾਇਆ। ਆਹ ਇਹਦਾ ਨੈਕ ਬਣਾਇਆ, ਐਂਡ ਬਾਜੂ ਦੇ ਉੱਪਰ ਐਂਕਰਿੰਗ ਕਰਕੇ ਇਹਨੂੰ ਇਸ ਢੰਗ ਨਾਲ ਬਣਾਇਆ, ਠੀਕ ਹੈ ਜੀ। ਪਿੱਛੇ ਆਪਾਂ ਨੇ ਬਟਨ ਡਿਜ਼ਾਈਨ ਦਿੱਤਾ ਹੈਗਾ, ਗ੍ਰੀਨ ਕਲਰ ਦਾ ਬਟਨ ਲਗਾਇਆ। ਅਤੇ ਸਲਵਾਰ ਦੇ ਪੌਂਚਿਆਂ 'ਤੇ ਆਪਾਂ ਸ਼ਰਟ ਦੀ ਮਤਲਬ ਪੈਚ ਲਗਾ ਕੇ ਵਿੱਚ ਵਿਦ ਲੇਸਿਸ ਡਿਜ਼ਾਈਨ ਕਰਿਆ। ਅਤੇ ਦੁਪੱਟਾ ਆਪਾਂ ਇਹਦਾ ਸੈਮੀ ਚਨੋਨ ਰੱਖਿਆ, ਅਤੇ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ, ਅਤੇ ਨੋ ਟਾਈ ਐਂਡ ਡਾਈ ਨਹੀਂ ਕਰੀ ਹੈਗੀ ਇਹਦੀ। ਲਓ ਜੀ, ਜਿਹੜੇ ਕੋਟਰਾਈ ਦੇ ਸੂਟ ਗਏ ਸੀਗੇ, ਉਹਨਾਂ ਦੇ ਵਿੱਚੋਂ ਇੱਕ ਸੂਟ ਇਹਨਾਂ ਨੇ ਆਹ ਵਾਲਾ ਰਖਵਾਇਆ ਸੀਗਾ, ਅਤੇ ਉਹਨੂੰ ਆਪਾਂ ਨੇ ਰੈਡੀ ਕਰਕੇ ਬਹੁਤ ਸੋਹਣਾ ਬਣਾ ਦਿੱਤਾ। ਆਹ ਦੇਖੋ, ਇਹ ਆਪਾਂ ਨੇ ਇਹਦੇ 'ਤੇ ਨੀਚੇ ਫਿਨਿਸ਼ਿੰਗ ਦਿੱਤੀ ਆ, ਆਹਦੇ ਇਹਦੇ ਵਿੱਚੋਂ ਹੀ ਕਲਰ ਚੁੱਕ ਲਿਆ ਸੀਗਾ। ਅਤੇ ਆਹ ਇਹਦਾ ਆਪਾਂ ਨੇ ਗਲਾ ਡਿਜ਼ਾਈਨ ਬਣਾਇਆ ਥੋੜ੍ਹੀ ਜੀ, ਮਤਲਬ ਉਹਦੇ ਨਾਲ ਆਪਾਂ ਡਿਜ਼ਾਈਨਿੰਗ ਨਾਲ ਇਹਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ। ਹਲਕੀ ਜੀ ਮਤਲਬ ਅੰਬਰੇਲਾ ਰੱਖ ਕੇ ਬਾਜੂ ਬਣਾਈ ਹੈਗੀ ਆ, ਅਤੇ ਆਹ ਇਹਦੀ ਸਲਵਾਰ ਆ ਨਾਲ,
ਅਤੇ ਆ ਨਾਲ ਆਪਾਂ ਨੇ ਦੁਪੱਟਾ ਰੈਡੀ ਕੀਤਾ। ਇਹਦੇ ਵਿੱਚ ਆਪਾਂ ਜਿਹੜੀ ਫਿਨਿਸ਼ਿੰਗ ਦਿੱਤੀ ਆ ਉਹਦਾ ਕਲਰ ਵੀ ਯੂਜ਼ ਕੀਤਾ ਲੇਸਿਸ ਦੇ ਵਿੱਚ ਐਂਡ ਡਾਈ ਦੇ ਵਿੱਚ, ਫਿਰ ਬਹੁਤ ਸੋਹਣਾ ਹੋ ਗਿਆ ਸੂਟ। ਦੇਖੋ ਆਹ ਇਹਦਾ ਦੁਪੱਟਾ ਹੈਗਾ, ਟਾਈ ਐਂਡ ਡਾਈ ਦੁਪੱਟਾ ਸੈਮੀ ਚਨੋਨ ਦਾ ਇਹਦੇ ਨਾਲ ਦੁਪੱਟਾ ਲਗਾਇਆ। ਲਓ ਜੀ ਇਹ ਸਟਨ ਸਿਲਕ ਦੇ ਉੱਪਰ ਹੈਗਾ, ਇਹਨੂੰ ਆਪਾਂ ਨੇ ਲੇਸਿਸ ਡਿਜ਼ਾਇਨ ਹੀ ਕਰਿਆ ਅਤੇ ਫੋਰ ਸਾਈਡ ਨੀਚੇ ਘੇਰੇ 'ਤੇ ਵੀ ਆਪਾਂ ਨੇ ਇਸ ਤਰ੍ਹਾਂ ਦੀ ਹੌਟ ਪਿੰਕ ਫਿਨਿਸ਼ਿੰਗ ਦਿੱਤੀ ਐਂਡ ਬਾਜੂ 'ਤੇ ਫਿਨਿਸ਼ਿੰਗ ਦੇ ਦਿੱਤੀ ਆ। ਆਹ ਦੇਖੋ, ਅਤੇ ਇੱਧਰ ਗਲੇ ਨੂੰ ਇਸ ਤਰ੍ਹਾਂ ਡਿਜ਼ਾਇਨ ਕਰਕੇ ਬਣਾਇਆ, ਇਹ ਆਪਾਂ ਲੇਸਿਸ ਨਾਲ ਹੀ ਬਣਾਇਆ। ਬੈਕ ਬਟਨ ਡਿਜ਼ਾਇਨ ਯੈਲੋ ਕਲਰ ਐਂਡ ਵਿਦ ਦੇ ਜ਼ਿਪ ਵੀ ਲਗਾਈ ਹੈ ਇਹਦੀ, ਠੀਕ ਹੈ ਜੀ। ਅਤੇ ਨਾਲ ਇਹਦੇ ਨਾਲ ਸਟਰੇਟ ਸਲਵਾਰ ਹੈਗੀ ਆ, ਫਿਨਿਸ਼ਿੰਗ ਕੱਪੜੇ ਦੀ ਐਂਡ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਆ। ਅਤੇ ਦੁਪੱਟਾ ਟਾਈ ਐਂਡ ਡਾਈ ਰਹੇਗਾ ਜੀ ਇਹਦੇ ਨਾਲ। ਆਹ ਦੇਖੋ, ਆਹਦੇ ਸਾਈਡਸ ਦੇ ਉੱਪਰ ਟਾਈ ਐਂਡ ਡਾਈ ਕਰੀ ਹੈਗੀ ਆ ਆਪਾਂ ਨੇ, ਸੈਂਟਰ ਨੂੰ ਆਪਾਂ ਨੇ ਫ੍ਰੀ ਰੱਖਿਆ ਬੇਸ ਕਲਰ। ਬਹੁਤ ਪਿਆਰਾ ਸੂਟ ਬਣਿਆ ਜੀ ਇਹ ਵੀ। ਲਓ ਜੀ ਨੈਕਸਟ ਸੂਟ ਨੂੰ ਵੀ ਆਪਾਂ ਲੇਸਿਸ ਡਿਜ਼ਾਇਨ ਹੀ ਕਰਿਆ ਅਤੇ ਆਹ ਇਹਦੇ ਆਪਾਂ ਨੇ ਇਨਸਰਟ ਲੇਸ ਪਾ ਕੇ ਸਾਈਡ 'ਤੇ ਆਪਾਂ ਨੇ ਕੱਪੜੇ ਦੀ ਫਿਨਿਸ਼ਿੰਗ ਦਿੱਤੀ ਆ ਅਤੇ ਗਲੇ ਨੂੰ ਆਪਾਂ ਨੇ ਇਸ ਤਰ੍ਹਾਂ ਬਣਾਇਆ, ਪੱਟੀ ਦੀ ਤਰ੍ਹਾਂ ਦਿੱਤਾ। ਦੇਖੋ ਇੰਨਾ ਗਲਾ ਖੁੱਲਦਾ ਹੈਗਾ ਅਤੇ ਇੱਥੋਂ ਬੰਦ ਹੈਗਾ, ਪਰ ਆਪਾਂ ਨੇ ਪੱਟੀ ਦੀ ਤਰ੍ਹਾਂ ਕਰਨਾ, ਠੀਕ ਹੈ ਜੀ। ਆ ਬਾਜੂ ਹੈਗੀ ਆ, ਇਹ ਬਾਜੂ ਡਿਜ਼ਾਇਨ ਹੈਗਾ ਅਤੇ ਆਹ ਇਹਦਾ ਮਤਲਬ ਦੁਪੱਟਾ ਹੈਗਾ ਟਾਈ ਐਂਡ ਡਾਈ। ਆਹ ਦੇਖੋ ਇਹ ਟਾਈ ਐਂਡ ਡਾਈ ਦੁਪੱਟਾ ਹੈ ਇਹਦਾ, ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ, ਠੀਕ ਹੈ ਜੀ। ਅਤੇ ਸੈਮੀ ਚਨੋਨ ਦੁਪੱਟਾ ਰਹੇਗਾ ਜੀ ਇਹਦੇ ਨਾਲ ਐਂਡ ਆਹ ਸਲਵਾਰ ਹੈ ਇਹਦੇ ਨਾਲ, ਸਲਵਾਰ ਦੇ ਉੱਪਰ ਫਿਨਿਸ਼ਿੰਗ ਆਪਾਂ ਨੇ ਸ਼ਰਟ ਦਾੜੋ ਦਿੱਤੀ ਹੈਗੀ ਹੈ। ਲਓ ਜੀ ਇਹ ਵੀ ਜੂਟ ਦਾ ਸੂਟ ਹੈਗਾ, ਆਹ ਦੇਖੋ ਇਹਦੀ ਡਿਜ਼ਾਇਨਿੰਗ ਇੱਦਾਂ ਆਪਾਂ ਟੇਢੀ ਦਿੱਤੀ ਹੈਗੀ ਆ ਐਵੇਂ ਕਰਕੇ, ਅਤੇ ਸਾਰਿਆਂ ਨੂੰ ਆਪਾਂ ਡਿਫਰੈਂਟ ਡਿਫਰੈਂਟ ਬਣਾਇਆ ਅਤੇ ਇਹਦਾ ਗਲਾ ਦੇਖੋ ਕਿੱਡਾ ਸੋਹਣਾ ਬਣਿਆ। ਆਹ ਦੇਖੋ ਆਹ ਇਹਦਾ ਨੈਕ ਡਿਜ਼ਾਇਨ ਹੈਗਾ, ਆਹ ਇਹਦਾ ਨੈਕ ਡਿਜ਼ਾਇਨ ਆ ਅਤੇ ਬੈਕ 'ਤੇ, ਇੱਕ ਮਿੰਟ, ਬੈਕ 'ਤੇ ਬਟਨ ਡਿਜ਼ਾਇਨ ਹੈਗਾ ਅਤੇ ਬਾਜੂ ਆਪਾਂ ਨੇ ਇਸ ਤਰ੍ਹਾਂ ਬਣਾਈ ਹੈਗੀ ਆ। ਲਓ ਜੀ ਇਹਦੇ ਨਾਲ ਪੈਂਟ ਬਣਾਈ ਹੈਗੀ ਆ ਆਪਾਂ ਨੇ ਅਤੇ ਪੈਂਟ ਦੇ ਉੱਪਰ ਆਪਾਂ ਨੇ ਸ਼ਰਟ ਦਾ ਸਟੱਫ ਲਗਾ ਕੇ ਉਹਨੂੰ ਲੇਸ ਨਾਲ ਫਿਨਿਸ਼ਿੰਗ ਕੀਤੀ ਆ ਅਤੇ ਨਾਲ ਪਿਓਰ ਸੁਪਰ ਨੈੱਟ ਦਾ ਦੁਪੱਟਾ ਰਹੇਗਾ। ਆਹ ਦੇਖੋ ਸੁਪਰ ਨੈੱਟ ਦਾ ਦੁਪੱਟਾ, ਬਹੁਤ ਸੋਹਣੀ ਟਾਈ ਐਂਡ ਆਈ ਹੋਈ ਆ ਮਲਟੀ ਸ਼ੇਡ ਦੀ। ਲਓ ਜੀ ਆਹ ਸੂਟ ਨੂੰ ਆਪਾਂ ਨੇ ਲੇਸ ਡਿਜ਼ਾਇਨ ਨਾਲ ਹੀ ਕਰਿਆ ਹੋਇਆ, ਆਹ ਨੈੱਕ ਦਾ ਡਿਜ਼ਾਇਨ ਕਰਿਆ ਹੋਇਆ ਅਤੇ ਆ ਇੱਧਰ ਬਾਜੂ ਹੈਗਾ, ਇਸ ਤਰ੍ਹਾਂ ਬਣਾਤਾ ਇਹਨੂੰ। ਇਹ ਵੀ ਜੂਟ ਦਾ ਹੀ ਹੈਗਾ ਸੂਟ ਅਤੇ ਆਹ ਆਪਾਂ ਨੇ ਪੈਂਟ ਦੇ ਉੱਪਰ ਡਿਜ਼ਾਇਨ ਕਰਿਆ, ਸੈਂਟਰ ਦੇ ਵਿੱਚ ਆਪਾਂ ਨੇ ਸ਼ਰਟ ਦਾ ਕੱਪੜਾ ਪਾਇਆ ਹੋਇਆ ਅਤੇ ਆਹ ਦੁਪੱਟਾ ਰੈਡੀ ਕਰਿਆ ਹੋਇਆ। ਲਓ ਜੀ ਆਹ ਦੇਖੋ ਇਹ ਟਿਸ਼ੂ ਦੇ ਉੱਪਰ ਸੂਟ ਹੈਗਾ ਅਤੇ ਇਹ ਪਿੰਕ ਕਲਰ ਉਹਨਾਂ ਨੇ ਪਵਾਇਆ ਸੀਗਾ, ਇਹ ਮਹਿੰਦੀ 'ਤੇ ਪਾਉਣ ਵਾਸਤੇ ਉਹਨਾਂ ਨੇ ਸੂਟ ਬਣਵਾਇਆ, ਠੀਕ ਹੈ ਜੀ। ਅਤੇ ਆ ਬਾਜੂ ਦੇ ਉੱਪਰ ਵਰਕ ਹੈਗਾ, ਆਹ ਦੇਖੋ ਵਿੱਚ ਬੂਟੀ ਹੈਗੀ ਹੈ ਅਤੇ ਬੈਕ 'ਤੇ ਆਪਾਂ ਨੇ ਬੈਕ ਬਟਨ ਡਿਜ਼ਾਇਨ ਕਰਿਆ ਹੋਇਆ ਅਤੇ ਇਹਦੇ ਨਾਲ ਆਪਾਂ ਨੇ ਬਣਾਇਆ ਹੋਇਆ ਗਰਾਰਾ ਜੀ, ਠੀਕ ਆ ਗਰਾਰਾ, ਅਤੇ ਇਹਦੇ ਆਪਾਂ ਨੇ ਪੱਟਾਂ ਦੇ ਉੱਪਰ ਕੰਮ ਕਰਿਆ ਹੋਇਆ, ਠੀਕ ਹੈ ਜੀ। ਅਤੇ ਆਹ ਇਹਦਾ ਔਰਗੈਂਜ਼ਾ ਦੁਪੱਟਾ ਹੈਗਾ, ਔਰਗੈਂਜ਼ਾ ਦਾ ਦੁਪੱਟਾ ਅਤੇ ਲੇਸ ਨਾਲ ਫਿਨਿਸ਼ਿੰਗ ਹੈਗੀ ਆ ਅਤੇ ਵਿੱਚ ਆਪਾਂ ਨੇ
ਪਰਲਸ ਦਾ ਕੰਮ ਕਰਿਆ ਹੋਇਆ। ਲਓ ਜੀ ਇਹ ਹੋ ਗਿਆ, ਆ ਦੇਖੋ ਇਹ ਇਹਦਾ ਗਰਾਰਾ ਹੈ, ਅਤੇ ਨੀਚੇ ਆਪਾਂ ਨੇ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ। ਲਓ ਜੀ ਇਹ ਸੂਟ ਆਪਾਂ ਨੇ ਹਲਦੀ ਵਾਸਤੇ ਰੈਡੀ ਕੀਤਾ, ਆ ਦੇਖੋ ਇਹਦੇ 'ਤੇ ਟੋਟਲੀ ਹੈਂਡ ਵਰਕ ਹੈਗਾ, ਅਤੇ ਵਿੱਚ ਮੈਰੂਨ ਸ਼ੇਡ ਆਪਾਂ ਨੇ ਐਡ ਕੀਤਾ, ਅਤੇ ਫਿਨਿਸ਼ਿੰਗ ਆਪਾਂ ਨੇ ਮੈਰੂਨ ਸ਼ੇਡ ਦੀ ਦਿੱਤੀ ਹੈਗੀ ਆ। ਆਹ ਦੇਖੋ ਆਹ ਗਲੇ ਦੇ ਉੱਪਰ ਵਰਕ ਹੈ, ਗਲੇ ਦੇ ਉੱਪਰ ਵਰਕ ਹੈਗਾ ਅਤੇ ਬਾਜੂ ਦੇ ਉੱਪਰ ਵਰਕ ਹੈਗਾ, ਅਤੇ ਬਹੁਤ ਪਿਆਰਾ। ਇਹ ਆਪਾਂ ਨੇ ਸਟਨ ਦੇ ਉੱਪਰ ਸੂਟ ਰੈਡੀ ਕੀਤਾ ਜੀ, ਠੀਕ ਹੈ। ਅਤੇ ਇਹਦੇ ਨਾਲ ਕਲੀਆਂ ਵਾਲਾ ਸ਼ਰਾਰਾ ਬਣਾਇਆ ਆਪਾਂ ਨੇ, ਉਹ ਪਲੇਨ ਰਹੇਗਾ। ਆਹ ਦੇਖੋ ਜੀ ਇਹ ਕਲੀਆਂ ਵਾਲਾ ਸ਼ਰਾਰਾ, ਇਹਦੇ ਨਾਲ ਇਹ ਪਲੇਨ ਰਹੇਗਾ ਜੀ। ਅਤੇ ਇਹਦੇ ਦੁਪੱਟਾ ਔਰਗੈਂਜ਼ਾ ਦਾ ਅਤੇ ਵਿੱਚ ਸਿੱਪੀ ਕੰਮ ਦਾ ਹੋਇਆ ਹੋਇਆ, ਠੀਕ ਹੈ ਜੀ। ਅਤੇ ਨੀਚੇ ਆਪਾਂ ਨੇ ਟਿਸ਼ੂ ਡਾਈ ਕਰਕੇ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ, ਠੀਕ ਹੈ ਜੀ।